ਜਦੋਂ ਡਾਊਟ ਪਿਆ ਸੀ ਤਾਂ ਮੌਕੇ ਤੇ ਗਸਟਰ ਅਫਸਰ ਮੇਜਰ ਸਿੰਘ ਏਸੀਪੀ ਕੈਂਟ ਨੂੰ ਬੁਲਾਇਆ ਗਿਆ ਔਰ ਤਸਦੀਕ ਕਰਨ ਤੇ ਇਹਨਾਂ ਤੋਂ 1 ਕਿਲੋ 500 ਗ੍ਰਾਮ ਦਾ 1.5 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਜਿਹਦੀ ਕਿ ਕਾਫੀ ਵੈਲਿਊਬਲ ਮੰਨੀ ਜਾਂਦੀ ਹੈ ਔਰ ਇਹ ਦੋਨੇ ਜਿਹੜੇ ਮੁਲਜ਼ਮ ਨੇ ਅਫਰੀਕਨ ਨੈਸ਼ਨਲਸ ਇਹ ਦਿੱਲੀ ਦੇ ਵਿੱਚ ਰਹਿ ਰਹੇ ਸੀਗੇ ਜਿਹੜਾ ਓਕਾਫੋਰ ਹੈ ਇਹ ਘੜੀਆਂ ਦਾ ਅਤੇ ਕੱਪੜਿਆਂ ਦਾ ਕੰਮ ਉੱਥੇ ਕਰਦਾ ਹੈ ਇਹਦੀ ਉਮਰ ਹੈਗੀ ਹੈ ਤਕਰੀਬਨ 42 ਸਾਲ ਅਤੇ ਲੇਡੀ ਜਿਹੜੀ ਉਹ ਹੇਅਰ ਡਰੈਸਰ ਦਾ ਕੰਮ ਕਰਦੀ ਹੈ ਉੱਥੇ ਇਹਨਾਂ ਦੀ ਆਪਸ 'ਚ ਉੱਥੇ ਮੁਲਾਕਾਤ ਹੋ ਗਈ ਸੀ ਅਤੇ ਇਹਨਾਂ ਨੇ ਜਲਦੀ ਪੈਸੇ ਬਣਾਉਣ ਵਾਸਤੇ ਇਹ ਕੰਮ ਸ਼ੁਰੂ ਕੀਤਾ ਨਾਰਕੋਟਿਕ ਸਮਗਲਿੰਗ ਦਾ ਅਫਰੀਕੀ ਬੰਦੀਆਂ ਦਾ ਕਾਰਾ ਪੰਜਾਬ ਵਿੱਚ ਨਸ਼ੇ ਤੱਕ ਕਰਦੇ ਸਨ ਕਾਰੋਬਾਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਕੀਤਾ ਕਾਬੂ ਵੱਡੇ ਖੁਲਾਸੇ ਹੋਣ ਦੀ ਉਮੀਦ ਕਿਹਾ ਜਾਂਦਾ ਸੀ ਕਿ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਪਰ ਇਸ ਨਸ਼ੇ ਦੇ ਦਰਿਆ ਵਿੱਚ ਵਧਾਉਣ ਵਿੱਚ ਕੁਝ ਬਾਹਰਲੇ ਲੋਕ ਵੀ ਆਪਣਾ ਹੱਥ ਵਧਾ ਰਹੇ ਨੇ ਇਹੋ ਜਿਹੇ ਦੋ ਅਨਸਰਾਂ ਨੂੰ ਕਾਬੂ ਕੀਤਾ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜਿਨ੍ਹਾਂ ਨੇ ਅਫਰੀਕਾ ਦੇ ਰਹਿਣ ਵਾਲੇ ਇੱਕ ਔਰਤ ਅਤੇ ਇੱਕ ਮਰਦ ਨੂੰ 500 ਗ੍ਰਾਮ ਹੋਰੋਇਨ ਸਮੇਤ ਕਾਬੂ ਕੀਤਾ ਹੈ ਪੁੱਛਗਿੱਛ ਦੌਰਾਨ ਖੁਲਾਸੇ ਹੋਏ ਨੇ ਕਿ ਇਹਨਾਂ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਵੱਡੇ ਪੱਧਰ 'ਤੇ ਸਮਗਲਿੰਗ ਕਰਕੇ ਮੋਟੀ ਕਮਾਈ ਕੀਤੀ ਜਾਂਦੀ ਸੀ ਜਿਹੜੀ ਕੈਂਪੇਨ ਹੈ ਜੋ ਮਾਨਯੋਗ CM ਸਾਹਿਬ ਵੱਲੋਂ DG ਸਾਹਿਬ ਦੀ ਰਹਿਨੁਮਾਈ ਦੇ ਵਿੱਚ ਚੱਲ ਰਹੀ ਹੈ ਪੰਜਾਬ 'ਚ ਉਹਦੇ 'ਚ ਬੜੀ ਵੱਡੀ ਸਫਲਤਾ ਸਾਨੂੰ ਮਿਲੀ ਹੈ 1.5 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਹੈ ਔਰ ਦੋ ਦੋਸ਼ੀ 'ਚ ਅਰੈਸਟ ਕੀਤੀ ਹੈ ਦੋਨੋਂ ਅਫਰੀਕਨ ਨੈਸ਼ਨਲ ਨੇ ਇੱਕ ਮੇਲ ਔਰ ਇੱਕ ਫੀਮੇਲ ਜਿਹੜਾ ਮੇਲ ਹੈ ਉਹਦਾ ਨਾਮ ਹੈਗਾ ਓਕਾਫੋਰ ਪੌਲ ਅਤੇ ਜਿਹੜੀ ਫੀਮੇਲ ਹੈਗੀ ਉਹ ਮੈਰੀ ਨੈਮਬੂਰਾ ਜਿਹੜਾ ਓਕਾਫੋਰ ਪੌਲ ਹੈ ਇਹ ਕੀਨੀਆ ਦਾ ਰਹਿਣ ਵਾਲਾ ਹੈ ਅਤੇ ਜਿਹੜੀ ਲੜਕੀ ਹੈ ਮੇਰੀ ਇਹ ਹੈਗੀ ਹੈ ਨਾਈਜੀਰੀਅਨ ਸੋ ਇਹਨਾਂ ਦੇ ਜਿਹੜੇ ਬਰਾਮਦਗੀ ਸਾਡੇ CIA ਸਟਾਫ 1 ਦੇ ਇੰਸਪੈਕਟਰ ਰਮਨ ਕੁਮਾਰ ਦੀ ਰਹਿਨੁਮਾਈ 'ਚ ਟੀਮ ਨੇ ਕੀਤੀ ਪਰਾਗਪੁਰ ਜਿਹੜਾ ਪੁਲਿਸ ਸਟੇਸ਼ਨ ਕੈਂਟ ਦੇ ਵਿੱਚ ਇਹ ਕੇਸ ਰਜਿਸਟਰ ਹੋਇਆ ਜਦੋਂ ਡਾਊਟ ਪਿਆ ਸੀ ਤਾਂ ਮੌਕੇ 'ਤੇ ਗਸਟਰ ਅਫਸਰ ਮੇਜਰ ਸਿੰਘ ACP ਕੈਂਟ ਨੂੰ ਬੁਲਾਇਆ ਗਿਆ ਔਰ ਤਸਦੀਕ ਕਰਨ 'ਤੇ ਇਹਨਾਂ ਤੋਂ 1 ਕਿਲੋ 500 ਗ੍ਰਾਮ ਦਾ 1.5 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਜਿਹਦੀ ਕਿ ਕਾਫੀ ਵੈਲਿਊਬਲ ਮੰਨੀ ਜਾਂਦੀ ਹੈ ਔਰ ਇਹ ਦੋਨੇ ਜਿਹੜੇ ਮੁਲਜ਼ਮ ਨੇ ਅਫਰੀਕਨ ਨੈਸ਼ਨਲਸ ਇਹ ਦਿੱਲੀ ਦੇ ਵਿੱਚ ਰਹਿ ਰਹੇ ਸੀਗੇ ਜਿਹੜਾ ਓਕਾਫੋਰ ਹੈ ਇਹ ਘੜੀਆਂ ਦਾ ਅਤੇ ਕੱਪੜਿਆਂ ਦਾ ਕੰਮ ਉੱਥੇ ਕਰਦਾ ਹੈ ਇਹਦੀ ਉਮਰ ਹੈਗੀ ਹੈ ਤਕਰੀਬਨ 42 ਸਾਲ ਅਤੇ ਲੇਡੀ ਜਿਹੜੀ ਉਹ ਹੇਅਰ ਡਰੈਸਰ ਦਾ ਕੰਮ ਕਰਦੀ ਹੈ ਉੱਥੇ ਇਹਨਾਂ ਦੀ ਆਪਸ 'ਚ ਉੱਥੇ ਮੁਲਾਕਾਤ ਹੋ ਗਈ ਸੀ ਅਤੇ ਇਹਨਾਂ ਨੇ ਜਲਦੀ ਪੈਸੇ ਬਣਾਉਣ ਵਾਸਤੇ ਇਹ ਕੰਮ ਸ਼ੁਰੂ ਕੀਤਾ ਨਾਰਕੋਟਿਕ ਸਮਗਲਿੰਗ ਦਾ ਇਹਦੀ ਜਿਹੜੀ ਪੁੱਛਗਿੱਛ ਹੈ ਅਸੀਂ ਡਿਟੇਲ 'ਚ ਹੋਰ ਵੀ ਕਰ ਰਹੇ ਹਾਂ ਕਿ ਇਹਨਾਂ ਦਾ ਨੈਟਵਰਕ ਪੰਜਾਬ 'ਚ ਜਾਂ ਦਿੱਲੀ ਦੇ ਵਿੱਚ ਹੋਰ ਕਿੱਥੇ ਕਿੱਥੇ ਹੈ ਮੈਂ ਇਹਦੇ 'ਚ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਅਤੇ ਇਹਨਾਂ ਨੂੰ ਵਾਜਬ ਇਨਾਮ ਵੀ ਰਿਕਮੈਂਡ ਕੀਤਾ ਜਾਏ ਐਂਟੀ ਡਰੱਗ